ਢਿੱਲੋਂ ਪਰਿਵਾਰ ਦਾ ਵਿਵਾਦ ਅਜੇ ਤੱਕ ਜਿਉਂਦਾ ਤਿਉਂ ਹੈ, ਭਾਵੇਂ ਕਿ ਅਜੇ ਛੋਟੇ ਪੁੱਤਰ ਜਸ਼ਨਬੀਰ ਢਿੱਲੋਂ ਦਾ ਸੰਸਕਾਰ ਕਰ ਦਿੱਤਾ ਗਿਆ, ਪਰ ਮਾਨਵਦੀਪ ਢਿੱਲੋਂ ਅਜੇ ਤੱਕ ਨਹੀਂ ਮਿਲ ਸਕਿਆ। ਮਾਨਵਦੀਪ ਢਿੱਲੋਂ ਕਿੱਥੇ ਆ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ, ਪਰ ਪਰਿਵਾਰ ਅਜੇ ਤੱਕ ਆਪਣੇ ਵੱਡੇ ਪੁੱਤਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਔਰ ਸਾਰਾ ਦਾਰੋਮਦਾਰ ਟਿਕਿਆ ਹੋਇਆ ਪ੍ਰਸ਼ਾਸਨ ਦੇ ਉੱਤੇ, ਕਿਉਂਕਿ ਪ੍ਰਸ਼ਾਸਨ ਨੇ ਬੀਤੇ ਦਿਨੀ ਜਦੋਂ SHO ਨਵਦੀਪ ਨੂੰ ਬਰਖਾਸਤ ਕੀਤਾ ਸੀ ਤਾਂ ਇਹੀ ਐਲਾਨ ਕੀਤਾ ਸੀ, ਇਸੇ ਸ਼ਰਤ ਦੇ ਉੱਤੇ ਸੰਸਕਾਰ ਕਰਨ ਲਈ ਮਨਾਇਆ ਸੀ ਕਿ SHO ਨਵਦੀਪ ਜਲਦ ਹੀ ਪੁਲਿਸ ਦੀ ਹਿਰਾਸਤ ਦੇ ਵਿੱਚ ਹੋਵੇਗਾ ਔਰ ਦੂਜੀ ਗੱਲ SHO ਨਵਦੀਪ ਨੂੰ ਬਰਖਾਸਤ ਕਰ ਦਿੱਤਾ ਜਾਵੇਗਾ। ਬਰਖਾਸਤ ਕਰ ਦਿੱਤਾ ਗਿਆ, ਗ੍ਰਿਫਤਾਰੀ ਅਜੇ ਤੱਕ ਨਹੀਂ ਹੋ ਸਕੀ। ਹਾਲਾਂਕਿ ਪੁਲਿਸ ਬਾਰ ਬਾਰ ਇਹ ਕਹਿ ਰਹੀ ਹੈ ਕਿ ਜਲਦ ਹੀ ਗ੍ਰਿਫਤਾਰੀ ਜਿਹੜੀ ਹੈ ਕਰ ਲਈ ਜਾਵੇਗੀ, ਪਰ ਅਜੇ ਤੱਕ ਪਰਿਵਾਰ ਦੇ ਕੋਲ ਇਹੋ ਜਿਹਾ ਕੋਈ ਅਪਡੇਟ ਨਹੀਂ ਸਾਹਮਣੇ ਆ ਸਕਿਆ। ਦੂਜੇ ਪਾਸੇ ਪਰਿਵਾਰ ਲਗਾਤਾਰ ਉਮੀਦ ਲਾਏ ਬੈਠਾ, ਪਰ ਹਾਲ ਹੀ ਦੇ ਵਿੱਚ SHO ਨਵਦੀਪ ਦੀ ਪਤਨੀ ਨੇ ਵੀ ਵੱਡੇ ਖੁਲਾਸੇ ਕੀਤੇ ਸੀ। ਹਾਲ ਹੀ ਦੇ ਵਿੱਚ SHO ਨਵਦੀਪ ਦੀ ਪਤਨੀ ਨੇ ਸਾਫ਼ ਤੌਰ 'ਤੇ ਨਿਸ਼ਾਨੇ ਮਾਨਵ ਉੱਪਲ ਦੇ ਉੱਤੇ ਲਗਾਏ ਸੀ, ਜੋ ਕਿ ਇਹਨਾਂ ਦੋਵਾਂ ਭਰਾਵਾਂ ਦਾ ਕਜ਼ਨ ਦੱਸਿਆ ਜਾਂਦਾ ਹੈ, ਔਰ ਇਸ ਦੇ ਉੱਤੇ ਇਲਜ਼ਾਮ ਲਾਏ ਗਏ ਸੀ ਕਿ ਇਸ ਦੇ ਖਿਲਾਫ 5-6 ਪਰਚੇ NDPS ਐਕਟ ਦੇ ਤਹਿਤ ਲੱਗੇ ਹੋਏ ਸੀ ਔਰ ਇਸ ਮਾਮਲੇ ਨੂੰ ਲੈ ਕੇ ਖੁਲਾਸੇ ਵੀ ਬੀਤੇ ਦਿਨੀ ਕੀਤੇ ਗਏ। ਮਨਦੀਪ ਸਿੰਘ ਮੰਨਾ ਵੀ ਪਹੁੰਚਦੇ ਨੇ, ਉਹਨਾਂ ਵੱਲੋਂ ਵੀ ਖੁਲਾਸੇ ਕੀਤੇ ਜਾਂਦੇ ਨੇ, ਪਰ ਹਾਲ ਹੀ ਦੇ ਵਿੱਚ ਇੱਕ ਜਾਣਕਾਰੀ ਸਾਹਮਣੇ ਆ ਰਹੀ ਸੀ ਕਿ SHO ਨਵਦੀਪ ਦੀ ਪਤਨੀ ਧਰਨਾ ਲਾ ਰਹੀ ਹੈ, ਪਰ ਸਾਡੇ ਵੱਲੋਂ ਜਦੋਂ SHO ਦੀ ਪਤਨੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇਹ ਖਬਰ ਵੀ ਝੂਠੀ ਨਿਕਲੀ। ਹਾਲ ਹੀ ਦੇ ਵਿੱਚ ਇਹ ਦੱਸਿਆ ਜਾ ਰਿਹਾ ਸੀ ਕਿ SHO ਨਵਦੀਪ ਦੀ ਪਤਨੀ ਧਰਨਾ ਲਾਵੇਗੀ, ਪਰ ਇਸ ਦੇ ਬਾਰੇ SHO ਨਵਦੀਪ ਦੀ ਪਤਨੀ ਨੇ ਆਪ ਹੀ ਜਾਣਕਾਰੀ ਦਿੱਤੀ ਕਿ ਉਹ ਕੋਈ ਵੀ ਅਜੇ ਤੱਕ ਧਰਨਾ ਨਹੀਂ ਲਾ ਰਹੇ। ਹਾਲਾਂਕਿ ਉਹ ਜ਼ਰੂਰ ਆਉਣ ਵਾਲੇ ਵਕਤ ਦੇ ਵਿੱਚ ਕੋਈ ਵੱਡਾ ਅਪਡੇਟ ਲੈ ਕੇ ਸਾਹਮਣੇ ਆ ਰਹੇ ਨੇ। ਹੁਣ ਉਸ ਚੀਜ਼ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਉਹ ਅਪਡੇਟ ਕੀ ਹੋਵੇਗਾ ਔਰ ਇਹ ਕਿਸ ਤਰ੍ਹਾਂ ਇਸ ਮਾਮਲੇ ਨੂੰ, ਇਸ ਕੇਸ ਨੂੰ ਇਫੈਕਟ ਕਰ ਸਕਦਾ। ਪਰ SHO ਨਵਦੀਪ ਦੀ ਪਤਨੀ ਲਗਾਤਾਰ ਇਹੀ ਕਹਿ ਰਹੀ ਹੈ ਕਿ ਉਹ ਸੱਚ ਦਾ ਸਾਥ ਦੇ ਰਹੇ ਨੇ ਅਤੇ ਉਹ ਸੱਚ ਦੇ ਨਾਲ ਖੜੇ ਨੇ, ਜਿਸ ਵਾਸਤੇ ਉਹਨਾਂ ਨੂੰ ਕੋਈ ਵੀ ਡਰ ਨਹੀਂ ਹੈ, ਉਹਨਾਂ ਨੂੰ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਹੈ। ਹੁਣ ਦੋਵਾਂ ਧਿਰਾਂ ਦੇ ਵਿੱਚੋਂ ਪਲੜਾ ਕਿਹਦਾ ਭਾਰੀ ਹੈ ਇਹ ਹੁਣ ਵਕਤ ਹੀ ਦੱਸੇਗਾ, ਕਿਉਂਕਿ ਜੰਗ, ਜਿਵੇਂ ਕਿ ਮਾਨਵ ਉੱਪਲ ਦਾ ਕਹਿਣਾ ਸੀ ਕਿ ਜੰਗ ਹੁਣ ਸ਼ੁਰੂ ਹੋਈ ਹੈ। ਤੁਹਾਡਾ ਇਸ ਬਾਰੇ ਕੀ ਕਹਿਣਾ ਕਮੈਂਟਸ ਦੀ ਸੂਰਤ ਵਿੱਚ ਦੱਸਣਾ ਨਾ ਭੁੱਲਣਾ। ਬਣੇ ਰਹੋ ਵਨ ਇੰਡੀਆ ਪੰਜਾਬੀ ਦੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।